ਸਰਕਾਰ ਵੱਲੋਂ ਪੇਂਡੂ ਸੁਵਿਧਾ ਕੇਂਦਰ ਬੰਦ ਕਰਨ ਦੀ ਚਰਚਾ, ਲੋਕ ਨਾਰਾਜ਼। ਪਿਛਲੇ ਸਰਕਾਰ ਵੱਲੋਂ ਚਲਾਏ ਸੁਵਿਧਾ ਕੇਂਦਰਾਂ ਨੂੰ ਜਾਰੀ ਰੱਖਿਆ ਜਾਵੇ। ਪੰਜਾਬ ਸਰਕਾਰ ਵੱਲੋਂ ਜਿੱਥੇ ਥਰਮਲ ਪਲਾਂਟ ਬੰਦ ਕੀਤੇ ਜਾ ਰਹੇ ਹਨ, ਉੱਥੇ ਪਿਛਲੇ ਸਰਕਾਰ ਵੱਲੋਂ ਚਲਾਏ ਜਾ ਰਹੇ ਸੁਵਿਧਾ ਕੇਂਦਰਾਂ ਨੂੰ ਵੀ ਬੰਦ ਕਰਨ ਦੀਆਂ ਕਨਸੋਆਂ ਮਿਲ ਰਹੀਆਂ ਹਨ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਇਹ ਸੁਵਿਧਾ ਕੇਂਦਰ ਪੇਂਡੂ ਲੋਕਾਂ ਨੂੰ ਉਹਨਾਂ ਦੇ ਬੂਹੇ 'ਤੇ ਸਰਕਾਰੀ ਕੰਮ ਕਰਵਾਉਣ ਦੀ ਸੁਵਿਧਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਣਾਏ ਗਏ ਸਨ। ਹੁਣ ਸਰਕਾਰ ਇਹਨਾਂ ਸੁਵਿਧਾ ਕੇਂਦਰਾਂ ਨੂੰ ਬੰਦ ਕਰਨ ਬਾਰੇ ਸੋਚ ਰਹੀ ਹੈ, ਜਿਸ ਨੂੰ ਲੈ ਕੇ ਆਮ ਜਨਤਾ ਦੇ ਮਨ ਵਿੱਚ ਕਾਫੀ ਨਿਰਾਸ਼ਤਾ ਅਤੇ ਮਾਯੂਸੀ ਦਿਸ ਰਹੀ ਹੈ। ਅੱਜ ਸਾਡੀ ਟੀਮ ਵੱਲੋਂ ਮੋਗਾ ਜ਼ਿਲ੍ਹੇ ਦੇ ਪਿੰਡ ਸੋਸਣ, ਡਰੋਲੀ ਭਾਈ ਅਤੇ ਬੱਗਣ ਬਸਤੀ ਦੇ ਸੇਵਾ ਕੇਂਦਰਾਂ ਤੋਂ ਕੰਮ ਕਰਾਉਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਸਾਰਿਆਂ ਦਾ ਕਹਿਣਾ ਸੀ ਕਿ ਪੇਂਡੂ ਸੁਵਿਧਾ ਕੇਂਦਰਾਂ ਦਾ ਉਹਨਾਂ ਨੂੰ ਬਹੁਤ ਫਾਇਦਾ ਹੈ, ਕਿਉਂਕਿ ਉਹਨਾਂ ਦਾ ਹਰ ਕੰਮ ਬਿਨਾਂ ਸ਼ਹਿਰ ਗਏ ਹੋ ਜਾਂਦਾ ਹੈ, ਜਿੱਥੇ ਸਾਡੀ ਬੜੀ ਖੱਜਲ ਖੁਆਰੀ ਹੁੰਦੀ ਹੈ। ਉਹਨਾਂ ਕਿਹਾ ਕਿ ਇਹ ਸੁਵਿਧਾ ਆਮ ਲੋਕਾਂ ਲਈ ਬੜੀ ਲਾਭਦਾਇਕ ਹੈ, ਕਿਉਂਕਿ ਉਹਨਾਂ ਦਾ ਜਿਹੜਾ ਕੰਮ ਸ਼ਹਿਰ ਜਾ ਕੇ ਹੋਇਆ ਕਰਦਾ ਸੀ ਉਹ ਹੁਣ ਘਰ ਬੈਠਿਆਂ ਹੀ ਹੋ ਜਾਂਦਾ ਹੈ। ਦੂਜਾ, ਸਮੇਂ ਦੀ ਬੜੀ ਬੱਚਤ ਹੁੰਦੀ ਹੈ। ਤੀਜਾ, ਔਰਤਾਂ ਲਈ ਸਭ ਤੋਂ ਵੱਡੀ ਗੱਲ ਇਹ ਹੈ ਕਿ ਔਰਤਾਂ ਜਦ ਵੀ ਆਪਣਾ ਚੁੱਲ੍ਹੇ ਚੌਂਕੇ ਦਾ ਕੰਮ ਨਿਬੇੜ ਲੈਂਦੀਆਂ ਹਨ, ਉਦੋਂ ਹੀ ਸੇਵਾ ਕੇਂਦਰ ਜਾ ਕੇ ਆਪਣਾ ਕੰਮ ਕਰ ਲੈਂਦੀਆਂ ਹਨ। ਇਸ ਵਕਤ ਸੇਵਾ ਕੇਂਦਰਾਂ 'ਚ 50 ਦੇ ਕਰੀਬ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜੋ ਆਮ ਲੋਕਾਂ ਨੂੰ ਆਸਾਨੀ ਨਾਲ ਪ੍ਰਾਪਤ ਹੋ ਜਾਂਦੀਆਂ ਹਨ। ਪੰਜਾਬ ਗਲੋਬਲ ਲਈ ਮੋਗਾ ਤੋਂ ਅਮਰਜੀਤ ਬਬਰੀ ਦੇ ਨਾਲ ਜੋਗਿੰਦਰ ਸਿੰਘ। ਬਲੌਕ ਸਿੰਘ ਦੀ ਜਾਣਕਾਰੀ ਦਿਓ ਵੀ ਸਰਕਾਰ ਵੱਲੋਂ ਕੋਈ ਪਾਲਿਸੀ ਬਣ ਰਹੀ ਹੈ ਵੀ ਇਸ ਜਿਹੜੇ ਸੇਵਾ ਕੇਂਦਰ ਪਿੰਡਾਂ 'ਚ ਬਣੇ ਆ, ਸ਼ਹਿਰਾਂ 'ਚ ਬਣੇ ਆ, ਇਹਨਾਂ ਨੂੰ ਬੰਦ ਕੀਤਾ ਜਾਵੇ, ਕੀ ਕਹੋਗੇ ਤੁਸੀਂ ਬਾਰੇ? ਸੁਵਿਧਾ ਕੇਂਦਰ ਜਿਹੜੇ ਬਣੇ ਆ ਇਹਨਾਂ ਨੂੰ ਪਿੰਡ ਵਾਲਿਆਂ ਨੂੰ ਬਹੁਤ ਫਾਇਦਾ ਹੈਗਾ। ਪਾਸਪੋਰਟ ਦੀ ਹੈਗੀ ਹੈ, ਜਨਮ ਦੀ ਹੈਗੀ ਹੈ, ਕੋਈ ਬਿੱਲ ਦੇਣਾ, ਮਤਲਬ ਬਹੁਤ ਸਹੂਲਤਾਂ ਨੇ। ਅਤੇ ਜੇ ਸਰਕਾਰ ਬੰਦ ਕਰਦੀ ਹੈਗੀ ਹੈ ਅਤੇ ਬਣਿਆ ਬਣਾਇਆ ਜਿਹੜਾ ਹੈਗਾ ਲੋਕਾਂ ਦਾ ਜੁਗਾੜ ਜਿਹੜਾ ਹੈਗਾ ਉਹ ਖਰਾਬ ਕਰਨ ਦੇ ਤੁਲ ਹੈਗਾ। ਸਰਕਾਰ ਨੂੰ ਜਿਹੜਾ ਹੈਗਾ ਇਹ ਬੰਦ ਬਿਲਕੁਲ ਨਹੀਂ ਕਰਨਾ ਚਾਹੀਦਾ, ਪਿੰਡ 'ਚ ਇਹਨਾਂ ਦੀ ਫਾਇਦਾ ਹੈਗਾ। ਸੋ ਹੀ ਪਿੰਡ ਦੇ ਕੰਮ ਪਿੰਡ 'ਚ ਹੀ ਹੋ ਜਾਣੇ ਆ, ਨਹੀਂ ਤਾਂ ਪਿੰਡ ਦੇ ਕੰਮ ਸ਼ਹਿਰ 'ਚ ਜਾਣੇ ਹੈਗੇ ਆ। ਪੈਸੇ ਲੱਗੇ ਹੋਏ ਨੇ, ਬਿਲਡਿੰਗਾਂ ਬਣੀਆਂ ਨੇ, ਸਾਰਾ ਕੁਛ ਬਣਿਆ ਹੋਇਆ। ਇਸ ਕਰਕੇ ਸਰਕਾਰ ਦੀ ਜਿਹੜੀ ਇਹ ਸਮਝ ਹੈ, ਸਰਕਾਰ ਦੀ ਇਹ ਨੀਤੀ ਹੈ ਇਸ ਸੁਵਿਧਾ ਕੇਂਦਰ ਨੂੰ ਬੰਦ ਕਰਨ ਦੀ, ਇਹ ਗਲਤ ਹੈਗੀ ਹੈ ਅਤੇ ਇਹ ਬੰਦ ਨਹੀਂ ਕਰਨੇ ਚਾਹੀਦੇ ਕਿਸੇ ਵੀ ਹਾਲਤ 'ਚ। ਕਿੰਨਾ ਕੁ ਨੁਕਸਾਨ ਹੁੰਦਾ ਜੀ ਜੇ ਇਹ ਬੰਦ ਹੁੰਦੇ? ਨੁਕਸਾਨ ਇਹਦਾ ਪਿੰਡ ਵਾਲਿਆਂ ਨੂੰ ਬਹੁਤ ਨੁਕਸਾਨ ਹੈ, ਕਿਉਂਕਿ ਇੱਕ ਤਾਂ ਪਿੰਡ ਦਾ ਕੰਮ ਪਿੰਡ 'ਚ ਹੀ ਹੋ ਜਾਣਾ ਹੈਗਾ, ਇੱਕ ਪਿੰਡ ਦਾ ਕੰਮ ਕਰਾਉਣ ਲਈ ਸ਼ਹਿਰ ਜਾਣਾ ਪੈਂਦਾ ਹੈਗਾ, ਉੱਥੇ ਫਿਰ ਲਾਈਨਾਂ ਵੀ ਲੰਬੀਆਂ ਹੁੰਦੀਆਂ, ਰਸ਼ ਵੀ ਜ਼ਿਆਦਾ ਹੁੰਦਾ ਹੈਗਾ, ਅਤੇ ਬਹੁਤ ਸਾਰੇ ਪਿੰਡਾਂ ਦੇ ਲੋਕ ਜਿਹੜੇ ਅਨਪੜ੍ਹ ਨੇ, ਭੈਣ ਭਰਾ, ਉਹਨਾਂ ਵਾਸਤੇ ਮੁਸੀਬਤ ਖੜੀ ਹੁੰਦੀ ਹੈ। ਇਸ ਕਰਕੇ ਜਿਹੜੇ ਹੈਗੇ ਪਿੰਡਾਂ 'ਚ ਰਹਿਣੇ ਚਾਹੀਦੇ ਨੇ। ਤੁਹਾਡੇ ਹਿਸਾਬ ਨਾਲ ਬੰਦ? ਹਾਂਜੀ, ਕੀ ਨਾਂ ਹੈ ਤੁਹਾਡਾ? ਬੂਟਾ ਸਿੰਘ, ਸਰਪੰਚ ਪਿੰਡ ਸੋਸਣ ਜੀ। ਸਰਪੰਚ ਸਾਹਿਬ, ਜਾਣਕਾਰੀ ਦਿਓ ਵੀ ਸਰਕਾਰ ਨੇ, ਪਿਛਲੀ ਸਰਕਾਰ ਨੇ ਹਾਂਜੀ ਹਰ ਪਿੰਡ ਦੇ ਵਿੱਚ ਸੇਵਾ ਕੇਂਦਰ ਖੋਲ੍ਹੇ ਸੀਗੇ। ਹਾਂਜੀ, ਹੁਣ ਨਵੀਂ ਸਰਕਾਰ ਦੀ ਸਕੀਮ ਆ ਰਹੀ ਹੈ ਵੀ ਇਹਨਾਂ ਨੂੰ ਬੰਦ ਕੀਤਾ ਜਾਵੇ। ਹਾਂਜੀ, ਕੀ ਕਹੋਗੇ ਤੁਸੀਂ ਇਹਦੇ ਬਾਰੇ? ਵੀ ਇਹਦੇ ਲਈ ਬਾਈ ਅਸੀਂ ਇਹ ਕਹਿੰਦੇ ਹਾਂ, ਜਿਵੇਂ ਵੀ ਹੁਣ ਪਿੰਡ ਵਾਲਿਆਂ ਨੂੰ ਅੱਗੇ ਮੁਸ਼ਕਲ ਬਹੁਤ ਜ਼ਿਆਦਾ ਆਉਂਦੀ ਸੀਗੀ, ਜਿਵੇਂ ਸਾਡੇ ਪਿੰਡ ਤੋਂ ਲਓ ਸ਼ਹਿਰ ਸਾਨੂੰ 20 ਕਿਲੋਮੀਟਰ ਦੂਰ ਹੈ, ਸਾਨੂੰ ਉੱਥੇ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਸੀਗੀ। ਹੁਣ ਜਿਹੜੇ ਸੁਵਿਧਾ ਕੇਂਦਰ ਪਿੰਡਾਂ 'ਚ ਖੋਲ੍ਹੇ ਗਏ ਆ, ਇਹਦੇ ਲਈ ਸਾਨੂੰ ਬਹੁਤ ਜ਼ਿਆਦਾ ਸਹੂਲਤ ਸਾਨੂੰ ਬਹੁਤ ਜ਼ਿਆਦਾ ਹੈਗੀ ਆ। ਕਿੱਥੇ ਲਿਆਉਣਾ ਲੱਗਣਾ ਪੈਂਦਾ ਜੀ, ਕਿੱਥੇ ਹੁਣ 2 ਮਿੰਟਾਂ 'ਚ ਜਾ ਕੇ ਕੰਮ ਆਦਾ ਕਰਵਾ ਕੇ ਆ ਜਾਂਦੇ ਹਾਂ ਜੀ। ਜਿਹੜੀ ਇਹ ਸਰਕਾਰ ਬੰਦ ਕਰਨਾ ਚਾਹੁੰਦੀ ਹੈ, ਗਲਤ ਆ ਜੀ ਕੰਮ ਇਹ, ਬਹੁਤ ਮੁਸ਼ਕਲ ਆ ਜਾਊਗੀ ਅੱਗੇ। ਰੌਲਾ ਰੌਲਾ ਪਾ ਕੇ ਮਹਾਂ ਸਾਂਝ ਕੇਂਦਰ ਬਾਦਲ ਸਾਹਿਬ ਨੂੰ ਕਹਿ ਕੇ ਕਰਵਾਏ ਸੀਗੇ ਪਿੰਡਾਂ 'ਚ, ਇਹ ਸਾਡੀਆਂ ਮੀਟਿੰਗਾਂ ਵੀ ਉਨ੍ਹਾਂ ਹੋਈਆਂ ਜੀ ਬਾਦਲ ਸਾਹਿਬ ਦੇ ਨਾਲ, ਅਤੇ ਇਸ ਲਈ ਇਹ ਬੰਦ ਨਾ ਕਰਵਾਏ ਜਾਣ। ਸਾਨੂੰ ਇਹਦੀ ਸਹੂਲਤ ਬਹੁਤ ਜ਼ਿਆਦਾ ਹੈਗੀ ਪਿੰਡ ਵਾਲਿਆਂ ਨੂੰ, ਗਰੀਬ ਬੰਦਿਆਂ ਨੂੰ ਬਹੁਤ ਜ਼ਿਆਦਾ ਸਹੂਲਤ ਹੈ ਜੀ। ਕਿਰਾਇਆ ਲਾ ਕੇ ਬਹੁਤ ਔਖਾ ਮੁੜ ਲੈਣਾ ਜਾ ਕੇ ਲੱਗਣਾ ਉੱਥੇ ਜੀ, ਕਿੱਥੇ ਇੱਥੇ ਜਾ ਕੇ ਪਿੰਡਾਂ ਸਾਂਝ ਕੇਂਦਰ, ਸਾਨੂੰ ਸੁੱਖ ਬਹੁਤ ਜ਼ਿਆਦਾ ਜੀ। ਕੀ ਨਾਂ ਜੀ? ਰਵੀ ਗੁਪਤਾ ਜੀ। ਰਵੀ ਜੀ, ਇੱਕ ਤੁਸੀਂ ਸੁਵਿਧਾ ਸੈਂਟਰ ਦੇ ਵਿੱਚ ਖੜ੍ਹੇ ਹੋ ਇੱਥੇ, ਹਾਂਜੀ, ਸੇਵਾ ਕੇਂਦਰ, ਸਰਕਾਰ ਵੱਲੋਂ ਇੱਕ ਪਾਲਿਸੀ ਆ ਰਹੀ ਹੈਗੀ ਵੀ ਇਹਨਾਂ ਨੂੰ ਬੰਦ ਕੀਤਾ ਜਾਵੇ, ਹਾਂਜੀ, ਕੀ ਕਹੋਗੇ ਤੁਸੀਂ ਇਹਦੇ ਬਾਰੇ? ਨਹੀਂ, ਇਹ ਬੰਦ ਨਹੀਂ ਹੋਣਾ ਚਾਹੀਦਾ ਜੀ। ਜਿਸ ਤਰ੍ਹਾਂ ਮੈਂ ਹੁਣ ਅੱਜ ਪਹਿਲਾਂ ਕਮੇਟੀ ਘਰ ਜਾ ਕੇ ਆਇਆ ਆਧਾਰ ਕਾਰਡ ਬਣਵਾਉਣ ਲਈ, ਉਹ ਕਹਿੰਦੇ ਵੀ ਸਾਡਾ ਡਾਟਾ ਜਿਹੜਾ 20 ਆਧਾਰ ਕਾਰਡ ਹੀ ਅਸੀਂ ਬਣਾ ਸਕਦੇ ਹਾਂ, ਅਤੇ ਉਸ ਤੋਂ ਬਾਅਦ ਅਸੀਂ ਡਾਟਾ ਨਹੀਂ ਚੱਕਦੇ। ਅਤੇ ਉਹਨਾਂ ਨੇ ਫਿਰ ਮੈਨੂੰ ਦੱਸਿਆ ਵੀ ਤੁਸੀਂ ਬਾਹਰ ਕਿਸੇ ਨੇ ਦੱਸਿਆ ਵੀ ਤੁਸੀਂ ਸੁਵਿਧਾ ਸੈਂਟਰ ਦੇ ਵਿੱਚ ਜਾ ਕੇ ਬਣਵਾ ਸਕਦੇ ਹੋ, ਇਸ ਲਈ ਮੈਂ ਇੱਥੇ ਆਇਆ ਵੀ 5 ਵਜੇ ਤੱਕ ਇਹ ਖੁੱਲ੍ਹਾ ਰਹਿੰਦਾ, ਨਹੀਂ ਤਾਂ ਮੇਰਾ ਕੰਮ ਪੈਂਡਿੰਗ ਹੋ ਜਾਣਾ ਸੀ, ਉੱਥੇ ਲਾਈਨ 'ਚ ਲੱਗਣਾ ਪੈਂਦਾ। ਇੱਥੇ ਆ ਕੇ ਕੋਈ ਲਾਈਨ ਨਹੀਂ ਹੈਗੀ, ਗਲੀ ਮੁਹੱਲੇ 'ਚ ਬਣੇ ਆ, ਗਲੀ ਗਲੀ ਮੁਹੱਲੇ ਮੁਹੱਲੇ ਬਣੇ ਆ, ਵਧੀਆ ਲੇਡੀਜ਼ ਆ ਜਾ ਸਕਦੀਆਂ, ਬਾਜ਼ਾਰ ਜਾਣ ਦੀ ਲੋੜ ਨਹੀਂ। ਕਮੇਟੀ ਘਰ 'ਚ ਰਸ਼ ਬਹੁਤ ਹੋ ਜਾਂਦਾ ਸੀ, ਬੰਦ ਨਹੀਂ ਹੋਣੀ ਚਾਹੀਦੀ। ਹਾਂਜੀ, ਕੀ ਨਾਂ ਤੁਹਾਡਾ? ਮੇਰਾ ਨਾਮ ਬਲਰਾਜ ਸਿੰਘ ਸਰ। ਬਲਰਾਜ ਜੀ, ਤੁਸੀਂ ਸੁਵਿਧਾ ਸੈਂਟਰ ਕੰਮ ਕਰਾਉਣ ਵਾਸਤੇ ਆਏ ਹੋ, ਸਰਕਾਰ ਦੀ ਇੱਕ ਪਾਲਿਸੀ ਆ ਰਹੀ ਹੈ, ਸਰਕਾਰ ਸੋਚ ਰਹੀ ਹੈ ਵੀ ਇਹਨਾਂ ਨੂੰ ਬੰਦ ਕੀਤਾ ਜਾਵੇ, ਕੀ ਕਹੋਗੇ ਤੁਸੀਂ ਇਹਦੇ ਬਾਰੇ? ਨਹੀਂ ਜੀ, ਬੰਦ ਨਹੀਂ ਹੋਣਾ ਚਾਹੀਦਾ ਜੀ। ਜਨਤਾ ਨੂੰ ਹੁਣ ਇਹ ਸੁਵਿਧਾ ਦੇ ਨਾਲ ਬਹੁਤ ਲਾਭ ਆ, ਟਾਈਮ ਵੀ ਬਚਦਾ ਜਨਤਾ ਦਾ, ਅਤੇ ਰਸ਼ ਵੀ ਨਹੀਂ ਪੈਂਦਾ,
ਅਤੇ ਜਿਵੇਂ ਜਿਵੇਂ ਅਲੱਗ ਅਲੱਗ ਸੁਵਿਧਾ ਕੇਂਦਰ ਬਣੇ ਆ, ਜਨਤਾ ਡਿਵਾਈਡ ਹੋਈ ਹੈ ਜੀ। ਮਤਲਬ ਅੱਡੋ ਅੱਡੇ ਜਿਹਨੂੰ ਸੁਵਿਧਾ ਕੇਂਦਰ ਜਿਹਦਾ ਨੇੜੇ ਲੱਗਦਾ ਉਹ ਕੰਮ ਕਰਵਾ ਕੇ ਮਿੰਟੋ ਮਿੰਟ ਹੀ ਆਪਦਾ ਚਲਿਆ ਜਾਂਦਾ। ਲੋਕ ਖੁਸ਼ ਆਏ ਇਸ ਗੱਲ 'ਤੇ। ਕੀ ਕੰਮ ਇੱਥੇ ਜ਼ਿਆਦਾ ਸੌਖੇ ਹੋ ਜਾਂਦੇ? ਜੋ ਵੀ ਸਰਕਾਰੀ ਅਦਾਰੇ ਦੇ ਵਿੱਚ ਜਨਤਾ ਨੂੰ ਕੰਮ ਸਾਰੇ ਹੁੰਦੇ ਜਿੰਨੇ ਮੈਂ ਕਰਵਾਏ ਆ ਜੀ। ਕੀ ਕਰਵਾਇਆ? ਮੈਂ ਜੀ ਇੱਕ ਤਾਂ ਸ਼ਡਿਊਲ ਕਾਰਡ ਦਾ ਸਰਟੀਫਿਕੇਟ ਬਣਵਾਇਆ ਸੀਗਾ ਜੀ। ਹੁਣ ਮੈਂ ਲਾਭਪਾਤਰੀ ਕਾਪੀ ਇੱਥੇ ਔਨਲਾਈਨ ਕਰਵਾਉਣ ਲਈ ਆਇਆ। ਹਾਂਜੀ, ਜਿਹੜੀ ਜ਼ਿਆਦਾਤਰ ਲੋਕ ਸਾਡੇ ਵਰਗੇ ਅਨਪੜ੍ਹ ਆ ਜੀ, ਉਹਨਾਂ ਨੂੰ ਨਹੀਂ ਪਤਾ ਲੱਗਦਾ ਉੱਥੇ ਕੱਟ ਦੇ ਵਿੱਚ। ਇੱਥੇ ਰਾਜ ਥੋੜ੍ਹਾ ਹੁੰਦਾ, ਮੁਲਾਜ਼ਮ ਸਾਨੂੰ ਢੰਗ ਤਰੀਕੇ ਦੇ ਨਾਲ ਸਮਝਾ ਦਿੰਦੇ ਆ। ਪਰਮਜੀਤ ਜੀ, ਤੁਸੀਂ ਸੁਵਿਧਾ ਸੈਂਟਰ 'ਚ ਕੰਮ ਕਰਾਉਣ ਵਾਸਤੇ ਆਏ ਹੋ, ਕੀ ਕੰਮ ਕਰਾਉਣ ਵਾਸਤੇ ਆਏ ਹੋ? ਅਸੀਂ ਲਾਭਪਾਤਰੀ ਕਾਪੀ ਤੇ ਇਹ ਸਰਕਾਰ ਇਹਨਾਂ ਨੂੰ ਬੰਦ ਕਰ ਰਹੀ ਹੈ ਵੀ ਪਿੰਡਾਂ ਦੇ ਵਿੱਚੋਂ ਇਹ ਬੰਦ ਸੁਵਿਧਾ ਸੈਂਟਰ ਬੰਦ ਕੀਤੇ ਜਾਣ, ਵੀ ਇਹ ਬੰਦ ਹੋਣੇ ਚਾਹੀਦੇ ਕਿ ਨਹੀਂ? ਨਹੀਂ ਜੀ, ਅਸੀਂ ਚਾਹੁੰਦੇ ਹਾਂ ਵੀ ਇੱਥੇ ਪਿੰਡ 'ਚ ਹੀ ਵੀ ਰਹਿਵੇ ਖੁੱਲ੍ਹਾ ਅਤੇ ਸਾਨੂੰ ਆਉਣਾ ਸੌਖਾ। ਕੀ ਤੁਹਾਨੂੰ ਇੱਥੇ ਫਾਇਦਾ ਹੁੰਦਾ? ਸਾਨੂੰ ਇੱਥੇ ਸਾਰੀ ਸਹੂਲਤ ਫਾਇਦਾ ਆਉਂਦੀ ਹੈ ਜੀ। ਕਿਹੜੀਆਂ ਕਿਹੜੀਆਂ ਸਹੂਲਤਾਂ ਮਿਲਦੀਆਂ ਤੁਹਾਨੂੰ ਇੱਥੋਂ? ਸਾਨੂੰ ਜੇ ਬੱਚਿਆਂ ਦੀ ਜਨਮ ਪੱਤਰੀ ਬਣਾਉਣੀ ਆ ਉਹ ਵੀ ਇੱਥੇ ਬਣਦੀ ਆ, ਜੇ ਸਾਨੂੰ ਕੋਈ ਕਾਪੀ ਬਣਾਉਣੀ ਪੈਂਦੀ ਆ ਤਾਂ ਵੀ, ਜੇ ਕੋਈ ਬੱਚਿਆਂ ਦਾ ਕਾਗਜ਼ ਸਕੂਲ ਵਾਲਿਆਂ ਦਾ ਬਣਾਉਣਾ ਪੈਂਦਾ ਤਾਂ ਵੀ ਸਾਨੂੰ ਇੱਥੇ ਸਹੂਲਤ ਆ। ਤੁਹਾਨੂੰ ਫਾਇਦਾ ਮਿਲ ਰਿਹਾ ਇੱਥੇ? ਹਾਂਜੀ, ਮਿਲ ਰਿਹਾ ਵਾ, ਸ਼ਹਿਰ ਨਹੀਂ ਜਾਂਦਾ। ਜੇ ਸਰਕਾਰ ਬੰਦ ਕਰਦੀ ਉਹਨੂੰ ਫਿਰ ਕੀ ਤੁਹਾਨੂੰ ਨੁਕਸਾਨ ਹੋਊਗਾ? ਫਿਰ ਸਾਨੂੰ ਜੀ ਨੁਕਸਾਨ ਆ ਵੀ ਸ਼ਹਿਰ ਜਾਣਾ ਪੈਂਦਾ। ਅੱਜ ਕੀ ਨਾਂ ਜੀ ਤੁਹਾਡਾ? ਮੇਰਾ ਨਾਂ ਸਰਜੀਤ ਸਿੰਘ। ਸਰਜੀਤ ਸਿੰਘ ਕਿਹੜੇ ਪਿੰਡ ਤੋਂ ਜੀ? ਡਰੋਲੀ ਭਾਈ। ਜਿਹਦੇ ਤੁਹਾਡੇ ਪਿੰਡ ਇੱਕ ਸੇਵਾ ਕੇਂਦਰ ਬਣਿਆ, ਨਵੀਂ ਸਰਕਾਰ ਦੀ ਪਾਲਿਸੀ ਆ ਰਹੀ ਹੈਗੀ ਆ ਵੀ ਇਹ ਕੇਂਦਰ ਬੰਦ ਕਰ ਦਿੱਤੇ ਜਾਣ, ਸੋਚ ਰਹੀ ਹੈ ਸਰਕਾਰ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਵੀ ਤਾਂ ਇਹ ਚਾਹੁੰਦਾ ਵੀ ਨਹੀਂ ਬੰਦ ਹੋਣੇ ਚਾਹੀਦੇ, ਇਹ ਚੱਲਣੇ ਚਾਹੀਦੇ ਆ, ਬੱਚਿਆਂ ਨੂੰ ਰੁਜ਼ਗਾਰ ਮਿਲਿਆ ਹੋਇਆ ਅਤੇ ਵਧੀਆ ਸਾਨੂੰ ਸੁਵਿਧਾ ਮਿਲ ਰਹੀ ਇੱਥੇ, ਅਤੇ ਗਰੀਬ ਬੰਦ ਹਰੇਕ ਆਦਮੀ ਇੱਥੇ ਆ ਕੇ ਆਪਦਾ ਕੰਮ ਕਰਾਉਂਦਾ, ਸਾਨੂੰ ਪਾਸਪੋਰਟ ਵੀ ਇੱਥੇ, ਸਾਡਾ ਬਿਜਲੀ ਦਾ ਬਿੱਲ ਵੀ ਇੱਥੇ, ਸਾਡੀ ਰਜਿਸਟਰੀ ਵੀ ਕਰਾਉਣੀ, ਇਹ ਸਭ ਕੁਛ ਹਰੇਕ ਚੀਜ਼ ਸਾਨੂੰ ਇੱਥੇ ਮਿਲਿਆ ਹੋਇਆ, ਇਹ ਨਹੀਂ ਬੰਦ ਹੋਣਾ ਚਾਹੀਦਾ। ਅਤੇ ਜੇ ਬੰਦ ਹੁੰਦੇ ਤਾਂ ਕਿੰਨਾ ਕੁ ਨੁਕਸਾਨ ਹੁੰਦਾ ਤੁਹਾਨੂੰ ਇਹਦੇ 'ਚ? ਸਾਨੂੰ ਕਿੱਥੇ, ਅਸੀਂ ਸਾਡੇ ਪਿੰਡ 'ਚ ਸਾਰਾ ਸਾਡਾ ਕਾਰਜ ਹੋ ਰਿਹਾ, ਕਿੱਥੇ ਸਾਨੂੰ ਸ਼ਹਿਰ ਜਾਣਾ ਪਊਗਾ, ਅਤੇ ਸਾਡਾ ਜਿਹੜੀ ਮਾਲੀ ਪੈਸੇ ਧੇਲਾ ਜਿਹੜਾ ਅਸੀਂ ਖਰਚਾ ਕਰਾਂਗੇ ਕਿਰਾਇਆ ਭਾੜਾ ਦਾ, ਉਹ ਸਾਡੇ ਵੱਲੋਂ ਖਰਚ ਹੋਣਗੇ, ਕੀ ਅਸੀਂ ਸਾਡੀ ਕਿੱਥੇ ਬਚਦਾ? ਦੂਜੀ ਵੱਡੀ ਗੱਲ ਇਹ ਹੈ ਵੀ ਇਹਨਾਂ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਇੱਥੇ ਪਿੰਡਾਂ 'ਚ, ਪਿੰਡਾਂ ਦੇ ਬੱਚੇ ਆ, ਉਹਨਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਅਤੇ ਉਹਨਾਂ ਦੀ ਰੋਜ਼ੀ ਰੋਟੀ ਚੱਲ ਰਹੀ ਹੈ, ਇਹ ਬੰਦ ਨਹੀਂ ਹੋਣੇ ਚਾਹੀਦੇ।